ਸਾਤਰੀਆ ਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੇਕਰ ਹੁਣ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਦਾ ਬੈਲ ਆਈਕਨ ਦਬਾਓ ਅਤੇ ਇਸ ਦੀ ਘੰਟੀ ਜ਼ਰੂਰ ਦਬਾਓ ਤਾਂ ਜੋ ਹਰ ਵੀਡੀਓ ਜੋ ਹੈ ਉਹ ਤੁਹਾਡੇ ਤੱਕ ਪੁੱਜਦੀ ਹੋਵੇ ਅੱਜ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝ ਪਵਾਵਾਂਗੇ ਕਿ ਸੰਦੀਪ ਠਾਪਰ ਸ਼ਿਵ ਸ਼ੈਨਾ ਦੇ ਲੀਡਰ ਤੇ ਜੋ ਤਿੰਨ ਨਿਹੰਗਾਂ ਨੇ ਕਿਰਪਾਨਾਂ ਨਾਲ ਹਮਲਾ ਕੀਤਾ ਉਹਦੀ ਜਿਹੜਾ ਪ੍ਰੋਵੋਕੇਸ਼ਨ ਸੀ ਉਹਦਾ ਜਿਹੜਾ ਪ੍ਰਤੀਕਰਮ ਸੀ ਉਹ ਕਿਹੜੀ ਗੱਲ ਤੇ ਸੀ ਕਿ ਉਹਨਾਂ ਨੇ ਕਿਉਂ ਸੰਦੀਪ ਠਾਪਰ ਨੂੰ ਅਟੈਕ ਲਈ ਚੁਣਿਆ ਔਰ ਤੁਹਾਨੂੰ ਪਤਾ ਹੈ ਕਿ ਸੰਦੀਪ ਠਾਕਪੁਰ ਦੇ ਦੋ ਜਿਹੜੇ ਅਕਿਊਜ਼ਡ ਹਨ ਨਯੰਗ ਸਿੰਘ ਉਹਨਾਂ ਨੇ ਫਾੜਲੇ ਤੇ ਉਹਨਾਂ ਨੇ ਪੁਲਿਸ ਨੂੰ ਸਪਸ਼ਟ ਕਹਿਤਾ ਕਿ ਵੀ ਇਸ ਨੇ ਇਦਾਂ ਇਦਾਂ ਸਾਨੂੰ ਬਿਆਨ ਦਿੱਤਾ ਉਹ ਬਿਆਨ ਇਹਗਾ ਉਹ ਟਵੀਟ ਹੈਗਾ ਇਹ ਟਵੀਟ ਜਿਹੜਾ ਹੈ ਕੁੱਲ 22 ਸ਼ਬਦਾਂ ਦਾ ਔਰ ਇਸ ਨੂੰ ਮੈਂ ਸ਼ਾਇਦ ਆਪਣੇ ਉਹਦੇ ਤੇ ਨਾਂ ਲਾਵਾਂ ਕਿਉਂਕਿ ਅੱਜ ਕੱਲ ਪਤਾ ਨਹੀਂ ਹੁੰਦਾ ਕਿ ਵੀ ਇਹ ਲਾਣਾ ਚਾਹੀਦਾ ਹੈ ਕਿ ਨਹੀਂ ਲਾਣਾ ਚਾਹੀਦਾ ਪਰ ਮੈਂ ਤੁਹਾਨੂੰ ਇਹਦੇ ਬਾਰੇ ਸਾਰੀ ਸੂਚਨਾ ਦੇਣਾ ਕਿਉਂਕਿ ਲਾਣ ਨਾਲ ਸ਼ਾਇਦ ਸਾਡੇ ਚੈਨਲ ਦਾ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਪ੍ਰੋਵੋਕੇਟਿਵ ਹੈ ਸੰਦੀਪ ਥਾਪਰ ਆਪਣੇ ਕੋਈ 92 ਹੋਰ ਮਿੱਤਰਾਂ ਨਾਲ ਵਿੱਚ ਇੱਕ ਤੋਂ ਨਾਮ ਹੀ ਆ ਅਸੀਂ ਨਾਮ ਨਹੀਂ ਲੈ ਰਹੇ ਕਿਉਂਕਿ ਗੱਲ ਜਿੰਨੀ ਕੋ ਹੋ ਗਈ ਉੱਥੇ ਤੱਕ ਹੀ ਸੀਮਤ ਰਹਿ ਸ਼ੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਤੇ ਗਏ ਇਹ ਜੋ ਸੰਦੀਪ ਥਾਪਰ ਹੈ ਸ਼ਿਵ ਸੈਨਾ ਦਾ ਬੜਾ ਪੁਰਾਣਾ ਮੈਂਬਰ ਹੈ ਔਰ ਇਹਦੇ ਤੇ ਕਈ ਵਾਰੀ ਅਲੀਗੇਸ਼ਨ ਲੱਗੇ ਨੇ ਕਿ ਬੜੀਆਂ ਪ੍ਰੋਵੋਕੇਸ਼ਨ ਪਰਿਆਂ ਸਟੇਟਮੈਂਟਾਂ ਦੇ ਅੰਦਰ ਆਂਦਾ ਸ਼ਹੀਦ ਸੁਖਦੇਵ ਸਿੰਘ ਜੀ ਦਾ ਜੋ ਜਨਮ ਹੋਇਆ ਉਹ 15 ਮਈ 1907 ਨੂੰ ਹੋਇਆ ਲੁਧਿਆਣੇ ਚ ਉਹਨਾਂ ਦਾ ਘਰ ਵੀ ਹੈ ਉੱਥੇ ਔਰ ਉਹ ਵੀ ਜਾਤ ਦੇ ਥਾਪਰ ਹਨ ਇਹਨਾਂ ਦੇ ਘਰ ਜਾ ਕੇ ਸੰਦੀਪ ਥਾਪਰ ਤੇ ਉਹਦੇ ਨਾਲ ਹੋਰ 92 ਸ਼ਿਵ ਸ਼ੈਨਾ ਦੇ ਸਮਰਥਕ ਜਾਂ ਮੈਂਬਰ ਗਏ ਹਨ ਉਹਨਾਂ ਚ ਕਈਆਂ ਦੇ ਟਵੀਟ ਤੇ ਨਾ ਸੀ ਨਾ ਨਹੀਂ ਜਨਤਕ ਕਰਨਾ ਚਾਹੁੰਦੇ ਕੋਈ ਲੋੜ ਵੀ ਨਹੀਂ ਕਿ ਉਹ ਮਾਮਲਾ ਜਿੱਥੇ ਖਤਮ ਹੁੰਦਾ ਉੱਥੇ ਤੱਕ ਹੀ ਰਹੇ ਉੱਥੇ ਜਾ ਕੇ ਇਹਨਾਂ ਨੇ ਇੱਕ ਟਵੀਟ ਐਕਸ ਤੇ ਪਾਈ ਆ ਜਿਸ ਦਾ ਸਬੰਧ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਹੋਈ ਫੌਜੀ ਹਮਲਾ ਫੌਜੀ ਕਾਰਵਾਈ ਜੋ ਮਰਜ਼ੀ ਗੈ ਲੋ ਉਹਦੇ ਨਾਲ ਸਬੰਧਤ ਹੈ ਔਰ ਉਸ ਦਿਨ ਨੂੰ ਮਨਾਉਣ ਦੀ ਗੱਲ ਹੈ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਫੌਜੀਆ ਨੂੰ ਔਰ ਹਮਨ ਕਰਾਇਆ ਜਾਏਗਾ ਔਰ ਉਸ ਨੂੰ ਅਤੰਕਵਾਦੀ ਖਾਤਮਾ ਦਿਵਸ ਦਿਨ ਵਜੋਂ ਮਨਾਣ ਲੱਡੂ ਵੰਡੇਗਾ ਇਹ ਕੋਈ 22 ਸ਼ਬਦਾਂ ਦਾ ਟਵੀਟ ਹੈ ਉਹਦੀ ਕਾਪੀ ਮੇਰੇ ਕੋਲ ਹੈ ਇਹ ਉਹਦੀ ਕਾਪੀ ਹੈ ਟਵੀਟ ਟੁੱਟ ਰਿਹਾ ਸੀ ਪਰ ਅਸੀਂ ਤੁਹਾਨੂੰ ਪੂਰਾ ਬਣਾ ਨਹੀਂ ਰੱਖ ਦਿਖਾ ਨਹੀਂ ਰਹੇ ਸੋ ਇਸ ਟਵੀਟ ਦੇ ਬਿਲਕੁਲ 32 33 ਦਿਨ ਬਾਅਦ ਯਾਨੀ 3 ਜੂਨ ਨੂੰ 2024 ਨੂੰ ਇਹ ਟਵੀਟ ਕੀਤਾ ਉਹਨਾਂ ਨੇ 7 ਜੂਨ ਨੂੰ ਉਹਨਾਂ ਨੇ ਵੰਡੇ ਹੋਣਗੇ ਲੱਡੂ ਸੈਲੀਬ੍ਰੇਟ ਕੀਤਾ ਹੋਗਾ ਉਹ ਦਿਨ ਉਹਦੇ ਪਿੱਛੇ ਭਾਵਨਾ ਕੋਈ ਵੀ ਹੋਵੇ ਸਿੱਖਾਂ ਲਈ ਇਹ ਦਿਨ ਬਹੁਤ ਹੀ ਅਜਿਹਾ ਦਿਨ ਹੈ ਜੋ ਕਿ ਉਹ 34 ਸਾਲ ਬਾਅਦ ਵੀ ਨਹੀਂ ਭੁੱਲਦੇ ਸੋ ਇਹਦੇ ਵਿੱਚ ਜੋ ਸਭ ਤੋਂ ਸ਼ਰਮਨਾਕ ਗੱਲ ਜੋ ਉਹਨਾਂ ਨੇ ਕਹੀ ਏ ਉਹ ਇਹ ਕਹੀ ਏ ਕਿ ਇਸ ਨੂੰ ਅਤੰਕਵਾਦੀ ਖਾਤਮਾ ਦੇ ਸਿਸ ਮਨਾਉਣ ਜੋ ਲੰਡੂ ਵੰਡੇ ਜਾਂ। ਸੋ ਹੁਣ ਇਹ ਮਸਲਾ ਜਿਹੜਾ ਇਸ ਨੂੰ ਅਸੀਂ ਸਿਰਫ ਇੱਕ ਸਟੇਟਮੈਂਟ ਨਾਲ ਲਈਏ ਲੁਧਿਆਣਾ ਦੀ ਪੁਲਿਸ ਲੁਧਿਆਣਾ ਦੀ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਬੜੀ ਗੈਰ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਇਸ ਸਟਰੀਟ ਦਾ ਨੋਟਿਸ ਨਹੀਂ ਲਿਆ ਪੰਜਾਬ ਦੇ ਡੀਜੀਪੀ ਸਾਹਿਬ ਪੰਜਾਬ ਦੀਆਂ ਖੂਫੀਆਂ ਏਜੰਸੀਆਂ ਦੇ ਮੁਖੀ ਏ ਡੀਜੀਪੀ ਰੈਂਕ ਦਾ ਅਫਸਰ ਪੰਜਾਬ ਇੰਟੈਲੀਜੈਂਸ ਦਾ ਹੈੱਡ ਹੈ ਸੋ ਜਿਹੜਾ ਸਾਈਬਰ ਕਰਾਈਮ ਸੈੱਲ ਹੈ ਜਿਹਦਾ ਬਹੁਤ ਵੱਡਾ ਦਫਤਰ ਹੈ ਮੁਵੱਲੀ ਉਹ ਹੈ ਵੀ ਇਹ ਸਾਰੇ ਸੁੱਤੇ ਹੋਏ ਸੀ 6 ਜੂਨ ਨੂੰ ਤੇ ਚਾਰੇ ਪਾਸੇ ਅਲਰਟ ਹੁੰਦਾ ਸੋ ਉਸ ਦਿਨ ਸੋਸ਼ਲ ਮੀਡੀਆ ਤੇ ਵੀ ਦੇਖਿਆ ਜਾਣਾ ਚਾਹੀਦਾ ਔਰ ਉਸ ਦਿਨ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਐਕਸ ਤੇ ਟਵੀਟਾਂ ਕੀ ਹੋ ਰਹੀਆਂ ਟਵਿੱਟਰ ਲੋਕ ਕੀ ਕਹਿ ਕੀ ਰਹੇ ਔਰ ਇਹੋ ਜਿਹੜੀਆਂ ਪ੍ਰੋਬੋਕੇਸ਼ਨਨ ਇੰਨਾ ਬਾਰੇ ਅੱਖਾਂ ਕਿਉਂ ਬੰਦ ਰੱਖੀਆਂ ਪੁਲਿਸ ਨੇ ਇਹਦੇ ਦੋ ਕਾਰਨ ਮੈਂ ਕਹਿ ਸਕਦਾ ਇੱਕ ਤੇ ਹੈ ਕਿ ਉਹਨਾਂ ਦੀ ਗੈਰ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਵੀ ਕੋਈ ਕੀ ਕਹਿ ਰਿਹਾ ਦੂਜਾ ਇਹ ਵੀ ਜੇ ਉਹਨਾਂ ਨੂੰ ਪਤਾ ਵੀ ਲੱਗਿਆ ਹੋਵੇ ਤਾਂ ਉਹਨਾਂ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ ਇਸ ਨੂੰ ਡਿਲੀਟ ਕਰਵਾਉਣ ਦਾ ਵੀ ਕੋਈ ਐਫਰਟ ਨਹੀਂ ਕੀਤਾ ਵੀ ਚਲੋ ਇਹਨੂੰ ਡਿਲੀਟ ਕਰਵਾ ਦਿਓ ਲਾਹ ਦੇ ਦਿੱਤਾ ਅਗਲੇ ਨੇ। ਸਿਆਣਾ ਬੰਦਾ ਹੈ ਸਮਝਦਾਰ ਬੰਦਾ। ਅਡਲਟ ਹੈ ਵੱਡੀ ਉਮਰ ਦਾ। ਉਹਦੇ ਪਿੱਛੇ ਇੱਕ ਸੰਸਥਾ ਖੜੀ ਹੈ। ਵੱਡੇ ਲੋਕਾਂ ਦੀ ਬੜੀ ਵੱਡੀ ਗਿਣਤੀ ਖੜੀ ਹੈ ਉਹਦੇ ਪਿੱਛੇ ਸਾਰਾ ਦੇਸ਼ ਦੀ ਕਿਉਂਕਿ ਸ਼ਿਵ ਸੈਨਾ ਸਾਰੇ ਦੇਸ਼ ਸੋ ਉਸ ਟਵੀਟ ਨੂੰ ਕਿਉਂ ਨਹੀਂ ਅਟਵਾਇਆ ਗਿਆ ਪੁਲਿਸ ਵੱਲੋਂ ਇੰਟੈਲੀਜੈਂਸ ਏਜੰਸੀਆਂ ਕੀ ਕਰਦੀਆਂ ਸੀ ਇਹ ਮੇਰੇ ਕੋਈ ਸਵਾਲ ਹਨ ਹੁਣ ਕਿਉਂਕਿ ਹਾਦਸਾ ਹੋ ਚੁੱਕਾ ਹੈ ਤਾਂ ਹਰ ਕੋਈ ਚੌਧਰੀ ਬਣ ਰਿਹਾ ਰੇਲਵੇ ਮੰਤਰੀ ਰਵਨੀਤ ਬਿੱਟੂ ਨੇ ਵੀ ਸਟੇਟਮੈਂਟ ਦਿੱਤੀ ਕਿ ਪੰਜਾਬ 'ਚ ਸ਼ਾਂਤੀ ਚਾਹੀਦੀ ਹੈ ਪੰਜਾਬ ਬੀਜੇਪੀ ਦੇ ਮੁਖੀ ਸੁਨੀਲ ਜਾਖੜ ਜੀ ਨੇ ਵੀ ਜਾਇਦਾ ਕਿ ਸਾਰੇ ਪਾਸੇ ਪੰਜਾਬ 'ਚ ਸੱਦ ਭਾਵਨਾ ਲੋਕਾਂ 'ਚ ਇਹ ਇਨਾ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਮੈਂ ਦੱਸਣਾ ਚਾਹੁੰਦਾ ਕਿ ਲੀਡਰ ਆਪਣੀ ਸੰਤੁਸ਼ਟੀ ਲਈ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਪਣਾ ਨਾਂ ਦੇਖਦੇ ਤੇ ਆਪਣੀਆਂ ਫੋਟੋਆਂ ਦੇ ਉਹਨਾਂ ਨੇ ਹਲੇ ਤੱਕ ਇਹ ਵੀ ਦੱਸਿਆ ਕਿ ਸੰਦੀਪ <th>ਪਰ ਨੇ ਕੀਆ ਕੀ ਉਹਨਾਂ ਨੂੰ ਇਹ ਫਿਕਰ ਪਿਆ ਹੋਇਆ ਕਿ ਵੀ ਪੰਜਾਬ ਵਿੱਚ ਕਯੂਮਿਨਲ ਹਾਰਮਨੀ ਚਾਹੀਦੀ ਹੈ। ਉਪਾਏ ਪੰਜਾਬ ਵਿੱਚ ਕਯੂਮਿਨਲ ਹਾਰਮਨੀ ਹੈਗੀ ਹੈ 40 ਸਾਲ ਹੋ ਗਏ ਐਵੇਂ ਪੰਜਾਬ ਨੂੰ ਨਾ ਭੰਡੋ ਤੇ ਪੰਜਾਬ ਦੀ ਇੱਕ ਕਮਿਊਨਿਟੀ ਨੂੰ ਨਾ ਭੰਡੋ। ਜੇਕਰ ਆਪਰੇਸ਼ਨ ਬਲੂ ਸਟਾਰ ਨਾਲ ਕਯੂਮਿਨਲ ਹਾਰਮਨੀ ਰਹੀ ਔਰ ਲੋਕਾਂ ਨੇ ਕਿਸੇ ਤਰ੍ਹਾਂ ਦਾ ਆਪਸੀ ਉਹ ਨਹੀਂ ਦਿਖਾਇਆ ਨਫਰਤ ਔਰ ਕੋਈ ਅਜੇਈ ਕਾਰਵਾਈ ਨਹੀਂ ਕੀਤੀ ਜਿਹੜੀ ਦੂਸਰੀ ਕਮਿਊਨਿਟੀ ਨੂੰ ਲੱਗੇ ਤਾਂ ਅੱਜ 40 ਸਾਲ ਬਾਅਦ ਕਿਹੜੀ ਤੁਸੀਂ ਕਮਿਊਨਲ ਹਾਰਮਨੀ ਦੀ ਗੱਲ ਕਰਦੇ ਹੋ ਕਿਉਂ ਤੁਸੀਂ ਇੱਕ ਕਮਿਊਨਿਟੀ ਨੂੰ ਬਦਨਾਮ ਕਰਨ ਲਈ ਔਰ ਅਸਲੀਅਤ ਨਹੀਂ ਦੱਸਦੇ ਵੀ ਸੰਦੀਪ <th>ਪਰ ਨੇ ਕਿਹਾ ਕੀ ਸੰਦੀਪ <th>ਪਰ ਨੇ ਕਿਹਾ ਕਿ 7 ਜੂਨ ਨੂੰ ਲੱਡੂ ਵੰਡੇ ਜਾਣ ਉਹਦਾ ਰੀਜ਼ਨ ਉਹਨੇ ਕੋਈ ਵੀ ਹੋਰ ਦਿੱਤਾ आतंकवाद खात्मा दिवस मनाਉਣ। ਸੋ ਹੁਣ ਆਈ ਗੱਲ ਕਿ ਇੱਕ ਪੁਲਿਸ ਕਮਿਸ਼ਨਰ ਜੀ ਨੇ ਕੁਲਦੀਪ ਚਾਲ ਇਹਨਾਂ ਦੀ ਸਟੇਟਮੈਂਟ ਸੁਣੋ ਪੁਲਿਸ ਅਫਸਰ ਸਾਹਿਬ ਏ ਕੀ ਕਹਿੰਦੇ ਇਹ ਅੱਜ ਕੋਈ ਥਾਪਰ ਦੀ ਟਵੀਟ ਤੋਂ 36 ਦਿਨ ਬਾਅਦ ਇੱਕ ਵਾਰਨਿੰਗ ਈਸ਼ੂ ਕਰ ਰਹੇ ਜਰਾ ਇਹਨਾਂ ਦੀ ਐਫੀਸ਼ੀਐਂਸੀ ਦਾ ਲੈਵਲ ਦੇਖੋ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕਸ ਮੀਡੀਆ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਦੇਣ ਵਾਲਿਆਂ ਤੇ ਲੁਧਿਆਣਾ ਪੁਲਿਸ ਕਾਰਵਾਈ ਕਰੇਗੀ ਤੇ ਸਕੰਜਾ ਕਸੇ ਵੀ ਤੁਸੀਂ 36 ਦਿਨ ਪਹਿਲੇ ਸੁੱਤੇ ਹੋਏ ਸੀ ਤੁਸੀਂ ਕੀਤੀ ਕਾਰਵਾਈ ਤੁਸੀਂ ਕਸਿਆ ਸਕੰਜਾ ਕਿਉਂਕਿ ਕੱਲ ਗਵਰਨਰ ਸਾਹਿਬ ਪੰਜਾਬ ਦੇ ਯਾਨੀ ਕਿ ਉਹ बनवारी लाल प्रौत जी लुधियाणे ਪਹੁੰਚ ਕੇ ਸਰਕਟ ਉੱਥੇ ਬੈਠ ਕੇ ਪੁਲਿਸ ਕਮਿਸ਼ਨਰ ਵੀ ਬੁਲਾ ਲਿਆ ਤੇ ਡੀਸੀ ਵੀ ਬੁਲਾ ਲਿਆ ਇਹ ਜੋ ਉੱਥੇ ਡਿਪਟੀ ਕਮਿਸ਼ਨਰ ਹਨ ਸ਼ਖਸੀ ਸਾਨੀ ਹਨ ਆਈਐਸ ਅਫਸਰ ਤੇ ਪੁਲਿਸ ਕਮਿਸ਼ਨਰ ਹਨ ਕੁਲਦੀਪ ਚਾਲ ਇਹ ਉਹੀ ਚਾਲ ਹਨ ਜਿਨ੍ਹਾਂ ਦੀ ਜਦੋਂ ਉਹ ਚੰਡੀਗੜ੍ਹ ਵਿੱਚ ਸੀ ਤੇ ਇਹਨਾਂ ਦੀ सीबीआई ਇਨਕੁਆਰੀ ਪ੍ਰੋਤਸਾਭ ਨੇ ਆਰਡਰ ਕੀਤੀ ਸੀ ਉਹ ਕਿੱਥੇ ਗਈ ਉਹਦੇ ਹਾਲੇ ਤੱਕ ਨਹੀਂ ਪਤਾ ਪਰ ਜੇਕਰ ਐਡੇ ਵੱਡੇ ਰਤਬੇ ਵੱਲੋਂ ਅਫੀਸ਼ੀਅਲ ਤੌਰ ਤੇ सीबीआई ਦੀ ਇਨਕੁਆਰੀ ਮਾਰ ਕੀਤੀ ਜਾਏ ਤੇ ਉਹਦੇ ਚੋਂ ਜੇ ਹੁਣ ਤੀ ਕੁਝ ਨਹੀਂ ਦੱਸਿਆ ਉਹ ਕਿੱਥੇ ਗੁੰਮ ਗਈ ਕੋਈ ਇੱਧਰ ਉੱਧਰ ਹੋ ਗਈ ਸਫਾਰਿਸ਼ ਫੈ ਗਈ ਜਾਂ ਕੋਈ ਉਸ ਨੂੰ ਮੈਨੇਜ ਕਰ ਲਿਆ ਗਿਆ ਦਾ ਐਡੇ ਵੱਡੇ ਰਤਬੇ ਦਾ ਵੀ ਮੈਂ ਸਮਝਾਂ ਕਿ અપਮਾਨ ਹੈ ਅਗਰ सीबीआई ਕਰਕੇ ਤੇ ਦੱਸਦੀ ਨਹੀਂ ਕਿ ਚਾਲ ਨੇ ਚੰਡੀਗੜ੍ਹ ਚ ਕੀ ਕੀਤਾ ਸੀ ਸੋ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਬੁਲਾ ਲਏ ਉਹਨਾਂ ਨੇ ਸਰਕਟ ਹਾਊਸ ਤੇ ਉਹਨਾਂ ਨੇ ਇਹ ਕਿਹਾ ਕੇ ਇਸ ਇਸ ਕ੍ਰਿਮੀਨਲ ਕੇਸ ਦੀ ਸੁਪਰਵੀਜ਼ਨ ਮੈਂ ਕਰਾਂਗਾ ਇਨਵੈਸਟੀਗੇਸ਼ਨ ਫਿਰ ਉਹਨਾਂ ਨੇ ਟੈਲੀਫੋਨ ਕੀਤਾ ਕਿ ਸੰਦੀਪ <th>ਥਾਪੜ ਦੇ ਪਰਿਵਾਰ ਨੂੰ ਕਿ ਆ ਕੇ ਤੁਸੀਂ ਮੈਨੂੰ ਸਰਕਟ ਹੋਸ਼ ਬਿਲੋ ਉਹਨਾਂ ਦੇ ਪਰਿਵਾਰ ਨੇ ਗਿਆ ਕਿ ਅਸੀਂ ਤਾਂ ਹਸਪੀਟਲ ਚਾਂ ਤੁਸੀਂ ਇੱਥੇ ਆ ਜਾਓ گورنر ਸਾਹਿਬ ਨੇ ਹਸਪਤਾਲ ਵਿੱਚ ਜਾਣਾ ਵਾਜਬ ਨਹੀਂ ਸਮਝਿਆ ਜਾਂ ਕੋਈ ਕੀ ਕਾਰਨ ਹੋਏਗਾ ਤੇ گورنر ਸਾਹਿਬ ਦਸਤਖਤ ਤੇ ਤਾਂ گورنر ਸਾਹਿਬ ਫਿਰ ਸ਼ਾਮ ਨੂੰ ਵਾਪਸ ਚੰਡੀਗੜ੍ਹ ਆ ਗਏ ਹੁਣ ਇਹਦੇ ਵਿੱਚ ਗਵਰਨਰ ਸਾਹਿਬ ਕੀ ਨਿਗਰਾਨੀ ਕਰਨਗੇ ਮੁੱਖ ਮੰਤਰੀ ਚੌਣ ਵਿੱਚ బిజీ ਸੀ ਜਲੰਧਰ ਵੈਸਟ ਦੀ ਉਹ ਇਸ ਕਾਤਲਾਨਾ ਹਮਲੇ ਤੋਂ ਬਾਅਦ ਉਸ ਪਰਿਵਾਰ ਨੂੰ ਨਹੀਂ ਮਿਲਣਗੇ ਜਾਓ ਦੇ ਬਾਰੇ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਇਸ਼ੂ ਕੀਤੀ ਸੋ ਗਵਰਨਰ ਸਾਹਿਬ ਨੇ ਕਿਹਾ ਵੀ ਖਾਲੀ ਪਈਏ ਤੇ ਮੈਂ ਕਰਨਾ ਤੇ ਗਵਰਨਰ ਸਾਹਿਬ ਦਾ ਕੀ ਹੱਕ ਬਣਦਾ ਹੈ ਕਿ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਵਿੱਚ ਸਿੱਧਾ ਦਖਲ ਦੇਣਾ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਵੇਲੇ ਜੇ ਮੈਂ ਭੁਲੇਖਾ ਨਹੀਂ ਖਾਂਦਾ ਤਾਂ ਇੱਕ ਕੇਸ ਵਿੱਚ ਉਸ ਤਤਕਾਲੀ ਗਵਰਨਰ ਸਾਹਿਬ ਨੇ ਕੁਝ ਸਿੱਧਾ ਕਹਿ ਦਿੱਤਾ ਚੀਫ ਸਕੱਟਰੀ ਤੇ ਉਹਨਾਂ ਦੇ ਅਫਸਰਾਂ ਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਉਹਨੇ ਕਹਤਾ ਜਿਦ ਮੈਂ ਬੈਠਾ ਐਗਜ਼ੀਕਟਿਵ ਹੈੱਡ ਚੀਫ ਮਿਨਿਸਟਰ ਤੇ ਉਸੀ ਸਿੱਧਾ ਉਹਨਾਂ ਨੂੰ ਕਿਉਂ ਪੁੱਛਦੇ ਹੋ ਨਹੀਂ ਪੁੱਛ ਸਕਦਾ ਖੈਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਵਿੱਚ ਹੋ ਸਕਦਾ ਹੈ ਕਿ ਹੁਣ ਨੀਮਤ ਨਾ ਹੋਵੇ ਪਹਿਲਾਂ ਤੇ ਉਹ ਗਵਰਨਰ ਸਾਹਿਬ ਨਾਲ ਕਾਫੀ ਆੜਾ ਲੈਂਦੇ ਸੀ ਚਿੱਠੀ ਦਾ ਜਵਾਬ ਚਿੱਠੀ 'ਚ ਪ੍ਰੈਸ ਕਾਨਫਰੰਸ ਦਾ ਜਵਾਬ ਪ੍ਰੈਸ ਕਾਨਫਰੰਸ 'ਚ ਫਿਰ ਉਹ ਸੁਪਰੀਮ ਕੋਰਟ ਵਿੱਚ ਵੀ ਗਏ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਮਝਾਇਆ ਭਾਈ ਤੁਸੀਂ ਦੋਨੋਂ ਰਲ ਮਿਲ ਕੇ ਚੱਲੋ ਕਨਸਟੀਚਿਊਸ਼ਨਲ ਹੈੱਡ ਹੋ ਤੇ ਇਹ ਗੱਲਾਂ ਉੱਥੇ ਹੀ ਨੀ ਪਟਲਿਆ ਕਰੋ ਚੰਡੀਗੜ੍ਹ ਦਿੱਲੀ ਸਾਡੇ ਕੋਲ ਨਾ ਤੁਰ ਕੇ ਆਇਆ ਕਰੋ ਸੋ ਮੈਂ ਇਹ ਸਟੋਰੀ ਇਸ ਲਈ ਕਰ ਰਿਹਾ ਕਿ ਹਲੇ ਤੱਕ ਸੋਸ਼ਲ ਮੀਡੀਆ ਤੇ ਜਾਂ ਖਬਰਾਂ 'ਚ ਇਹ ਨਹੀਂ ਆਇਆ ਇਹ ਅਸਲੀਅਤ ਕੀ ਹੈ ਮੈਂ ਆਪਣੇ ਦਰਸ਼ਕਾਂ ਨਾਲ ਅਸਲੀਅਤ ਸਾਂਝੀ ਕੀਤੀ ਹੈ ਸੋ ਇਹ ਜੋ ਲੰਡੂ ਵੰਡਣ ਦੀ ਪ੍ਰਥਾ ਹੈ ਇਸ ਤੋਂ ਦਰਗੇਜ਼ ਕਰਨਾ ਚਾਹੀਦਾ ਇਹ ਗੱਲ ਕਹਿਣੀ ਚਾਹੀਦੀ ਸੀ ਗਵਰਨਰ ਸਾਹਿਬ ਨੂੰ ਜਦ ਗਈ ਸੀਗੇ ਤੇ ਗਵਰਨਰ ਸਾਹਿਬ ਨੂੰ ਇਹ ਸਾਰਾ ਰਿਕਾਰਡ ਮੰਗਾਉਣਾ ਚਾਹੀਦਾ ਸੀ ਜਦ ਪੁਲਿਸ ਨੇ ਉਹਨਾਂ ਨੂੰ ਦੱਸਿਆ ਕਿ ਇਹਨਾਂ ਵੱਲੋਂ ਪ੍ਰੋਵੋਕੇਟਿਵ ਸਟੇਟਮੈਂਟਾਂ ਜਿਹੜੀਆਂ ਅਨੋਦਿਤੀਆਂ ਗਿਆ ਇੱਕ ਤਬਕੇ ਬਾਰੇ ਔਰ ਉਹਦੇ ਪ੍ਰਤੀਕਰਮ ਵੱਜੋਂ ਨਿਆਂਗਾਂ ਨੇ ਕਿਹਾ ਵੀ ਅਸੀਂ ਇਹ ਕਾਰਵਾਈ ਕੀਤੀ ਹੈ ਨਿਆਂਗਾਂ ਨੇ ਗਲਤ ਕੀਤਾ ਕੋਈ ਮੈਂ ਉਹਦੀ ਬਰੋਡਥਾ ਨਹੀਂ ਕਰਦਾ ਕਿਉਂਕਿ ਕਾਨੂੰਨ ਲਾਏ ਨਾ ਆਰਡਰ ਆਪਣੇ ਆਪ ਚ ਨਹੀਂ ਲੈਣਾ ਚਾਹੀਦਾ ਆਪ ਹੀ ਜੱਜ ਬਣ ਕੇ ਆਪ ਹੀ ਪਨਿਸ਼ਮੈਂਟ ਨਹੀਂ ਨਿਸ਼ਚਿਤ ਕਰਨੀ ਚਾਹੀਦੀ ਇਹ ਬੜਾ ਹਮਲਾ ਜੋ ਹੈ ਇਸ ਦੀ ਕੋਈ ਵੀ ਸਮਰਥਨ ਨਹੀਂ ਕਰਦਾ ਪਰ ਮੈਂ ਇਸ ਦੇ ਨਾਲ ਇਹ ਦੱਸ ਦਿਆਂ ਰੇਲਵੇ ਮੰਤਰੀ ਬਿੱਟੂ ਨੂੰ ਅਤੇ ਸੁਨੀਲ ਜਾਖੜ ਜੀ ਬੀਜੇਪੀ ਦੇ ਪ੍ਰਧਾਨ ਸਾਹਿਬ ਨੂੰ ਕਿ ਪੰਜਾਬ ਵਿੱਚ ਬਿਲਕੁਲ ਸ਼ਾਂਤੀ ਹੈ ਦੋਨੋਂ ਕਮਿਊਨਿਟੀਆਂ ਬਦੇ ਢੰਗ ਨਾਲ ਰਹਿ ਰਹੀਆਂ ਤੁਸੀਂ ਐਵੇਂ ਹੀ ਨਾ ਕਹੀ ਜੋ ਕਿ ਕੰਟਰੋਲ ਰੱਖੋ ਕੰਟਰੋਲ ਕਿੰਨੇ ਰੱਖਣਾ ਜਿੰਨਾ ਫਿਰਕਾ ਪ੍ਰਸਤੀ ਵਰਤੂ ਵਿਕਰਣ ਸਮਾਜ ਦਾ ਬੀਜੇਪੀ ਕਰਦੀ ਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਜਿਤਨਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਵੋਟਾਂ ਲਈ ਕੀਤਾ ਜਾਖੜ ਸਾਹਿਬ ਉਹਨਾਂ ਨੂੰ ਕਹੋ ਵੀ ਬੰਦ ਕਰਨ ਹੁਣ ਹੁਣ ਲੋਕ ਥੱਕ ਗਏ ਟੁੱਟ ਗਏ ਔਰ ਲੋਕ ਹੁਣ ਉਹਨਾਂ ਦੀ ਕੋਈ ਗੱਲ ਜੇ ਇਨੀ ਸੁਣਨੀ ਚਾਹਦੇ ਠੀਕ ਹੈ ਉਹਨਾਂ ਨੇ ਦੀਦੀਵਰੀ ਸਰਕਾਰ ਬਣਾ ਲਈ ਹੈ ਚੰਗਾ ਹੋਇਆ ਉਹਨਾਂ ਦੀ ਸਰਕਾਰ ਬਣ ਗਈ ਹੈ ਕਿਉਂਕਿ ਨਹੀਂ ਤੇ ਉਹਨਾਂ ਨੂੰ ਕਈ ਭੁਲੇਖੇ ਰਹਿ ਜਾਣੇ ਸੀ ਜਿਹੜੇ ਕਿ ਉਹਨਾਂ ਨੂੰ ਹੁਣ ਸਾਹਮਣੇ ਆਣਗੇ ਕਿਉਂਕਿ ਉਹ ਡਾਕਟਰ ਮਨਮੋਹਨ ਸਿੰਘ ਨੂੰ ਜੋ 26 ਪਾਰਟੀਆਂ ਦੀ ਕੋਲੀਸ਼ਨ ਚਲਾ ਰਹੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਵੇਂ ਉਹ ਬੜੇ ਬੇਸਮਝ ਪ੍ਰਾਈਮ ਮਿੰისტਰ ਸਨ ਉਹਨਾਂ ਤੇ ਕਈ ਹਮਲੇ ਕੀਤੇ ਹੁਣ ਬਰਾਬਰ ਦੀ ਸਥਿਤੀ ਏ ਡਾਕਟਰ ਮਨਮੋਹਨ ਸਿੰਘ ਵਾਲੀ ਹੁਣ ਪਤਾ ਲੱਗੇਗਾ ਕਿ ਦੋਨਾਂ ਚੋਂ ਵਧੀਆ ਪ੍ਰਾਈਮ ਮਿੰისტਰ ਕੌਣ ਹੈ ਸੋ ਮੇਰਾ ਇਹ ਜਿਹੜੀ ਸਟੋਰੀ ਕਰਨ ਦਾ ਜੋ ਪਰਪਸ ਸੀ ਉਹ ਇੰਨਾ ਹੀ ਸੀ ਕਿ ਅਸਲੀਅਤ ਜਿਹੜੀ ਏ ਉਹ ਤੁਹਾਨੂੰ ਦੱਸੀ ਜਾਏ ਔਰ ਜਿਸ ਢੰਗ ਨਾਲ ਪੁਲਿਸ ਨੇ ਇਸ मामले ਵਿੱਚ ਕਿ ਜੋ ਜਿੱਥੋਂ ਕਮਿਸ਼ਨ ਹੋਇਆ ਕਰਾਈਂ ਇੱਕ ਉਹਦਾ ਕਮਿਸ਼ਨ ਜਿੱਥੋਂ ਅਪਰਾਧ ਜਨਮਿਆ ਉਸ ਇਨਸਾਨ ਤੇ ਕੋਈ ਕਾਰਵਾਈ ਅੱਜ ਵੀ ਨਹੀਂ ਹੋਈ ਉਹ ਮੈਂ ਤੁਹਾਨੂੰ ਦਿਖਾਵਾਂਗਾ ਹੁਣ ਉਹ ਟਵੀਟ ਅਕਾਊਂਟ ਬੰਦ ਕਰ ਦਿੱਤਾ ਗਿਆ ਉੱਤੇ ਤਾਲਾ ਲੱਗਾ ਹੋਇਆ ਉਹਦੀ ਅਸੀਂ ਫੋਟੋ ਲਾ ਦੇਾਂਗੇ ਪਰ ਟਵੀਟ ਜਿਹੜਾ ਉਹ ਇਹ ਹੈਗਾ ਸਾਡੇ ਕੋਲ ਉਦੀ ਕਾਪੀ ਔਰ ਮੈਂ ਤੁਹਾਨੂੰ ਇੱਕ ਹੋਰ ਜੋ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹਨਾ ਉਹ ਇਹ ਹੈ ਕਿ ਵਿਕਰਮਜੀਤ ਸਿੰਘ ਰਾਜ ਸਭਾ ਮੈਂਬਰ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਉਹ ਪੰਜਾਬ ਵੱਲੋਂ ਰਾਜ ਸਭਾ ਦੇ ਮੈਂਬਰ ਹਨ ਉਹਨਾਂ ਨੇ ਇੱਕ ਟਵੀਟ ਕੀਤਾ ਉਹ ਵੀ ਸੁਣ ਲਓ ਤੁਸੀਂ ਉਹਨਾਂ ਨੇ ਕਿਹਾ ਵੀ ਸਟਰੋਂਗਲੀ ਕੰਡਮ ਵਾਇਲੈਂਸ ਅਗੇਂਸਟ ਐਨੀ ਇੰਡੀਵਿਜੂਅਲ ਉਹ ਮੈਂ ਵੀ ਤੁਹਾਨੂੰ ਕਿਹਾ ਕਿ ਵੀ ਜਿਹੜੀ ਵਾਇਲੈਂਸ ਕਾਨੂੰਨ ਨੂੰ ਹੱਥ ਚ ਲੈਣਾ ਆਪ ਹੀ ਜੱਜ ਬਣਨਾ ਇਹ ਨਿੰਦਣੀ ਹੈ ਯੋਗ ਹੈ ਉਹਨਾਂ ਨੇ ਕਿਹਾ ਹੀ ਸਟਰੋਂਗਲੀ ਕੰਡਮ ਵਾਇਲੈਂਸ ਅਗੇਂਸਟ ਐਨੀ ਇੰਡੀਵਿਜੂਅਲ ਬਟ ਸੰਦੀਪ ਠਾਪਰ ਸ਼ੁੱਡ ਹੈਵ ਯੂਜ਼ਡ ਸਮ ਰੈਸਟ੍ਰੇਨ ਨਾਟ ਟੂ ਹਰਟ ਸੈਂਟੀਮੈਂਟਸ ਇਹ ਰਾਜ ਸਭਾ ਦੇ ਮੈਂਬਰ ਹਨ ਮੈਂਬਰ ਪਾਰਲੀਮੈਂਟਨ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਚੁਣ ਕੇ ਗਏ ਅਗੇ ਹੋ ਕੀ ਕਹਿ ਰਹੇ ਨੂੰ ਸੁਣੋ ਮੈਂ ਤੁਹਾਨੂੰ ਅਗੇ ਪੰਜਾਬੀ ਚ ਦੱਸਿਆ ਹੁਣ ਸਾਨੀ ਸਾਹਿਬ ਦੇ ਵਿਚਾਰ ਸੁਣੋ ਵਿਕਰਮਜੀਤ ਸਿੰਘ ਹੋਰਾਂ ਦੇ ਐਮਪੀ ਸਾਹਿਬ ਦੇ ਸੈਲੀਬ੍ਰੇਟਿੰਗ 6 ਜੂਨ ਬਲੂ ਸਟਾਰ and distributing laddoo is playing with the six sentiment last year here he mocked destruction of punjab when the so ohna di jehdi twitter account hai oh check kar lo utthe sandeep di tweet bhi lagi hoyi sani sahab da twitter account assi pa danga apni story ch ohna da twitter account hai विक्रमजीत सिंह एमपी ओ ਤੁਹਾਨੂੰ ਹੈਂਡਲ ਹੈ ਉਹਨਾਂ ਦਾ ਐਟ विक्रम सानी दी दी so, ए 6 ਜੁਲਾਈ ਦੀ ਉਹਨਾਂ ਦੀ ਟਵੀਟ ਹੈ ਉਹਨਾਂ ਦਾ ਟਵਿੱਟਰ ਹੈਂਡਲ ਲੱਭ ਲਓ ਉੱਥੇ ਇਹ ਟਵੀਟ ਲੱਗੀ ਹੋਈ ਹੈ ਸੋ ਇਹ ਜੋ ਸਾਰਾ ਕੁਝ ਜੋ ਵਾਪਰਿਆ ਹੈ ਸ਼ਰਾਰਤ ਹੈ ਇਹ ਕਿਉਂ ਕੀਤੀ ਗਈ 3 ਜੂਨ ਦਿਨ ਕਿਉਂ ਚੁਣਿਆ ਗਿਆ ਕਿਉਂ ਜਿਹੜਾ ਇੱਕ ਸ਼ਹੀਦ ਦੇ ਨਾਂ ਨੂੰ ਵਰਤਿਆ ਗਿਆ ਇਹ ਵੀ ਬੜੀ ਸ਼ਰਮਨਾਕ ਗੱਲ ਹੈ ਕਿ ਤੁਸੀਂ ਕਿਸੇ ਸ਼ਹੀਦ ਦੇ ਨਾਂ ਨੂੰ ਵਰਤੋ ਔਰ ਤੁਸੀਂ ਸੁਖਦੇਵ ਦੀ ਜਾਤ ਵਿੱਚ ਵੜੋ ਜਿੱਦੀ ਅੱਜ ਤੱਕ ਕਿੱਥੇ ਜਾਤ ਨਹੀਂ ਲਿਖੀ ਹੋਈ ਸੁਖਦੇਵ ਸਿੰਘ ਤਾਂ ਪਰ ਤੁਸੀਂ ਉਹਦੀ ਜਾਤ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰੋ ਔਰ ਤੁਸੀਂ ਇਦਾਂ ਦੀਆਂ ਟਵੀਟਾਂ ਨੂੰ ਸਰਕਾਰ ਨੂੰ ਇਹ ਵੀ ਇਨਵੈਸਟੀਗੇਟ ਕਰਨਾ ਚਾਹੀਦਾ ਕਿ ਉਹਨਾਂ ਨਾਲ ਹੋਰ ਕਿਹੜੇ 92 ਬੰਦੇ ਸੀ ਔਰ ਜਿਹੜੇ ਬੰਦਿਆਂ ਦਾ ਉਹ ਟਵੀਟ ਵਿੱਚ ਨਾ ਹੈ ਉਹਨਾਂ ਨੂੰ ਵੀ ਪੁਲਿਸ ਨੂੰ ਕੁਐਸ਼ਨਿੰਗ ਕਰਨੀ ਚਾਹੀਦੀ ਹੈ ਇੰਟਰੋਗੇਟ ਕਰਨਾ ਚਾਹੀਦਾ ਇਹ ਜੋ ਫੈਸਲਾ ਹੋਇਆ ਪ੍ਰੋਵੋਕੇਡ ਡਿਵੀਟ ਦਾ ਇਹਦੇ ਵਿੱਚ ਕੌਣ ਕੌਣ ਸੀ ਜੇਕਰ ਪੰਜਾਬ ਦੀ ਪੁਲਿਸ ਲੁਧਿਆਣੇ ਦੀ ਪੁਲਿਸ ਕਬੂਤਰ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਬੈਠੇਗੀ ਤੇ ਬਿੱਲੀ ਨੂੰ ਉਹ ਕਹੇਗੀ ਬਈ ਤੂੰ ਚਲੀ ਜਾ ਬਿੱਲੀ ਨਹੀਂ ਜਾਂਦੀ ਲੋਕ ਲੁਧਿਆਣੇ ਦੀ ਪੁਲਿਸ ਤੋਂ ਪੁੱਛਦੇ ਲੁਧਿਆਣੇ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜਾ ਡਿਪਟੀ ਕਮਿਸ਼ਨਰ ਹੁੰਦਾ ਡਿਸਟ੍ਰਿਕਟ ਵਿੱਚ ਜੇ ਸੇਡ ਹੁੰਦਾ ਇਹ ਦੋਨੋਂ ਦਸਨ ਕੇ ਵੀ ਇਹਨਾਂ ਨੇ ਇਹ ਟਵੀਟ ਨੂੰ ਇੰਨੇ ਲੰਮੇ ਸਮੇਂ ਐਕਸ ਟਵਿੱਟਰ ਅਕਾਊਂਟ 'ਤੇ ਕਿਉਂ ਰਹਿਣ ਦਿੱਤਾ ਜੇ ਹੁਣ ਉਥੋਂ ਰਿਮੂਵ ਕੀਤੀ ਏ ਜੇਕਰ ਸਾਡੀਆਂ ਜਿੱਤਨੇ ਸਾਈਬਰ ਕ੍ਰਾਈਮ ਤੇ ਹੋਰ ਡਿਪਾਰਟਮੈਂਟ ਅਗੇਨ ਜੇ ਉਹ ਸਾਰੇ ਇਸ ਵੱਲ ਧਿਆਨ ਦਿੰਦੇ ਆ ਇਹ ਸ਼ਾਇਦ ਘਟਨਾ ਨਾ ਵਾਪਰਦੀ ਜਿਸ ਦਿਨ ਉਹਨਾਂ ਨੇ ਏ ਟਵੀਟ ਕੀਤੀ ਸੀ 3 ਜੂਨ ਨੂੰ 2024 ਨੂੰ ਜੇ ਉਸੇ ਦਿਨ ਉਤਰ ਜਾਂਦੀ ਅਤੇ ਉਹਨਾਂ ਤੇ ਕਾਰਵਾਈ ਹੁੰਦੀ ਤੇ ਅੱਜ ਇਹ ਭੈੜਾ ਦਿਨ ਪੰਜਾਬ ਨੂੰ ਨਾ ਦੇਖਣਾ ਪੈਂਦਾ ਨਾ ਹੀ ਗਵਰਨਰ ਸਾਹਿਬ ਨੂੰ ਚੰਡੀਗੜ੍ਹੋਂ ਚੱਲ ਕੇ ਲੁਧਿਆਣਾ ਆਉਣਾ ਪੈਂਦਾ ਕਿਉਂਕਿ ਉਹਨਾਂ ਨੂੰ ਮੌਕਾ ਵੀ ਇਸ ਲਈ ਮਿਲ ਗਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਲੰਧਰ ਵੈਸਟ ਦੀ ਚੋਣ ਵਿੱਚ ਇਸ ਤਰ੍ਹਾਂ ਡੁੱਬੇ ਹੋਏ ਸਨ ਇੰਨੀ ਜ਼ਿਆਦਾ ਉਹ ਉਹਨਾਂ ਦੀ ਉੱਥੇ ਹੋਂਦ ਜਿਹੜੀ ਉਹ ਜ਼ਰੂਰੀ ਸੀ ਕਿ ਉਹ ਉਹਨਾਂ ਦੀ ਪ੍ਰੈਜ਼ੈਂਸ ਕਰਕੇ ਉਹ ਲੁਧਿਆਣਾ ਆ ਕੇ ਪਤਾ ਨਹੀਂ ਕਰ ਸਕੇ ਫੈਮਿਲੀ ਨੂੰ ਕਿ ਵੀ ਤੁਹਾਡੇ ਤੇ ਹਮਲਾ ਹੋਇਆ ਤੇ ਇਹਦਾ ਕਾਰਨ ਕੀ ਆ ਇਹ ਜਿਹੜੀ ਟਵੀਟ ਹੈ ਇਹ ਭਗਵੰਤ ਮਾਨ ਜੀ ਨੂੰ ਵੀ ਪੜਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਐਮਪੀ ਦੇ ਅਕਾਊਂਟ ਤੇ ਲੱਗੀ ਹੋਈ ਹੈ ਔਰ ਪੰਜਾਬ ਦੇ ਗਵਰਨਰ ਸਾਹਿਬ ਨੂੰ ਵੀ ਪੜਨੀ ਚਾਹੀਦੀ ਹੈ ਉਹਨਾਂ ਨੇ ਬੜਾ ਯਤਨ ਕੀਤਾ ਉਹਨਾਂ ਨੂੰ ਤਕਲੀਫ ਹੋਈ ਹੋਣੀ ਹੈ ਕਾਫੀ ਪੰਜਾਬ ਦੇ ਗਵਰਨਰ ਸਾਹਿਬ ਚੱਲ ਕੇ ਲੁਧਿਆਣੇ ਗਏ ਸਾਰਾ ਦਿਨ ਕਰਕੇ ਤੇ ਫੇਰ ਉਹ ਵਾਪਸ ਆਏ ਇਦੇ ਚੋਂ ਅਗੋਂ ਕੀ ਹੋਏਗਾ ਇਹ ਹੁਣ ਸਮਾਂ ਦੱਸੇਗਾ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ ਹੂੰ ਉਮੀਦ ਕਰਦਾ ਹਾਂ ਇਹ ਚਰਚਾ ਤੁਹਾਨੂੰ ਪਸੰਦ ਆਏਗੀ ਇਹ ਸਾਰੇ ਜੋ ਤੱਥ ਲੱਭ ਕੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਇਹਨਾਂ ਨੂੰ ਬੜੇ ਧਿਆਨ ਨਾਲ ਦੇਖੋ ਔਰ ਖੁਦ ਵੀ ਇਹਨਾਂ ਦਾ ਅਨਲਿਸਿਸ ਕਰੋ ਇਹਨਾਂ ਦਾ ਰਿਵਿਊ ਕਰੋ ਇਹਨਾਂ ਦਾ ਮੁਲਕਣ ਕਰੋ ਇਹਨਾਂ ਦਾ ਨਿਰੀਖਣ ਕਰੋ ਅਤੇ ਸਮਝਣ ਦੀ ਕੋਸ਼ਿਸ਼ ਕਰੋ ਕੇ ਪੰਜਾਬ ਵਿੱਚ ਹਲੇ ਵੀ ਕੁਝ ਅਜੇ ਲੋਕ ਹਨ ਜਿਹੜੇ ਕੁਝ ਨਾ ਕੁਝ ਖਰਮਸਤੀਆਂ ਸ਼ਤਾਨੀਆਂ ਔਰ ਕਿਸੇ ਪੜਕਾਉ ਗੱਲਾਂ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਇਸ ਨੂੰ ਆਪਣੇ ਮਿੱਤਰਾਂ ਸਬੰਧੀਆਂ ਨਾਲ ਸਾਂਝੀ ਕਰੋ ਅਤੇ ਵੱਧ ਵੱਧ ਲੋਕਾਂ ਤੱਕ ਪਹੁੰਚਾਓ ਧੰਨਵਾਦ ਸਾਤਸਰੀਆ